ਪ੍ਰੋਗਰਾਮ ਪਕਦੇ ਮਸਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਦਾ ਇਸ਼ੂ ਹੈ ਭਾਰਤ ਦਾ ਵਿਦਿਅਕ ਢਾਂਚਾ ਅਤੇ ਖੁਦਕੁਸ਼ੀਆ ਕਰਦੇ ਵਿਦਿਆਰਥੀ। ਸਵਾਦ ਕਰ ਲੈਣ ਕੁਲਵੰਤ ਸਿੰਘ ਜੀ ਦਾ। ਕੁਲਵੰਤ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ। ਅ ਕੁਲਵੰਤ ਜੀ ਅੱਜ ਇੱਕ 12ਵੀਂ ਜਮਾਤ ਦੇ ਵਿਦਿਆਰਥਣ ਨੇ ਦਿੱਲੀ ਦੀ ਅੱਜ ਖੁਦਕੁਸ਼ੀ ਕਰ ਲਈ ਹੈ। ਸਬ ਸਿੰਘ ਜੀ ਇਹ ਖਬਰ ਬੜੀ ਚੌਕਾਨ ਵਾਲੀ ਹੈ ਕਿਉਂਕਿ ਇਹ ਵਜੂਫਾ ਉਹਨੂੰ ਮਿਲਿਆ ਨਹੀਂ। ਉਹਦੇ ਚੱਕਰ ਦੇ ਵਿੱਚ ਇਹਨੇ ਖੁਦਕੁਸ਼ੀ ਕੀਤੀ। ਉਹਨੇ ਲਾਇਕ ਵਿਦਿਆਰਥਣ ਸੀ। ਪੜਨਾ ਚਾਹੁੰਦੀ ਸੀ ਘਰ ਦੇ ਨੇ ਕਰ ਗਿਰਵੀ ਰਖਤਾ ਸਭ ਸਿੰਘ ਪਰ ਆਪਣੇ ਘਰ ਦੇ ਤੇ ਉੱਪਰ ਉਹਨੂੰ ਐ ਸੀਗਾ ਵੀ ਮੈਂ ਬੋਝ ਨਹੀਂ ਬਣਨਾ ਚਾਹਦੀ ਤਾਂ ਉਸਨੇ ਆਤਮ ਹੱਤਿਆ ਕਰ ਲਈ ਅੱਜ ਦੁੱਖ ਦੀ ਗੱਲ ਇਹ ਹੈ ਕਿ ਟੋਪਰ ਕੁੜੀ ਜਿਹਨੇ ਸੂਬੇ ਦੇ ਵਿੱਚੋਂ ਟੋਪ ਕੀਤਾ ਤੇ ਲੰਗਾਨਾ ਜਿਹੜਾ ਸੂਬਾ ਆ ਉਹਦੇ ਵਿੱਚ ਉਹਨੇ 12ਵੀਂ ਜਮਾਤ ਚ ਟੋਪ ਕੀਤਾ ਤੇ ਉਹ ਦਿੱਲੀ ਵਿੱਚ ਆ ਗਈ ਪੜਨ ਵਾਸਤੇ ਉੱਥੇ ਉਹਦੇ ਕੋਲੇ ਜਿਹੜੇ ਹੁਣ ਲੋਕਡਾਊਨ ਚੱਲਦਾ ਸੀ ਲੈਪਟਾਪ ਨਹੀਂ ਸੀ ਇੰਟਰਨੈਟ ਨਹੀਂ ਸੀਗਾ ਫੋਨ ਨਹੀਂ ਸੀਗਾ ਕੋਈ ਵੀ ਜਿਹਨੂੰ ਅਸੀਂ ਕਹਿੰਨੇ ਅਗੇ ਗ੍ਰੀਪ ਕਰਦੀ ਬਿਲਕੁਲ ਤਾਂ ਉਹਨੂੰ ਵਜੀਫਾ ਲੱਗਿਆ ਹੋਇਆ ਸੀ ਭਾਰਤ ਸਰਕਾਰ ਵੱਲੋਂ ਭਾਰਤ ਸਰਕਾਰ ਵੱਲੋਂ ਜਿਹੜਾ ਮਿਲ ਨਹੀਂ ਸੀ ਤਿਆ ਮਾਰਚ ਤੋਂ ਬਾਅਦ ਨਹੀਂ ਮਿਲ ਰਿਹਾ ਸੀ ਮਾਰਚ ਤੋਂ ਬਾਅਦ ਉਹਨੂੰ ਮਿਲਿਆ ਹੀ ਨਹੀਂ ਤਾਂ ਉਹਨੇ ਬੜੇ ਸੁਪਨੇ ਸਜਾਏ ਸੀ ਕਿ ਮੈਂ ਪੜ ਕੇ ਘਰ ਦੀਆਂ ਦੀ ਗਰੀਬੀ ਦੂਰ ਕਰਾਂਗੀ ਲੇਕਿਨ ਜਦੋਂ ਉਹਨੂੰ ਲੱਗਾ ਕਿ ਮੈਂ ਜਿਹੜੇ ਆਪਣੇ ਸੁਪਨੇ ਪੂਰੇ ਨਹੀਂ ਕਰ ਸਕਾਂਗੀ ਉਹ ਮਾਨਸਿਕ ਤਣਾਅ ਵਿੱਚ ਆ ਗਈ ਤਾਂ ਉਹਨੇ ਆਤਮ ਹੱਤਿਆ ਕਰ ਲਈ ਸਾਡੇ ਦੇਸ਼ ਲਈ ਇਹ ਸ਼ਰਮ ਵਾਲੀ ਗੱਲ ਹੈ ਕਿ ਉਹ ਇੱਕ ਆਮ ਸਟੂਡੈਂਟ ਵੀ ਨਹੀਂ ਉਹਨੇ ਪੂਰੇ ਸੂਬੇ ਦੇ ਵਿੱਚੋਂ ਟੌਪ ਕੀਤਾ ਆ ਟੌਪ ਕਰਨ ਤੋਂ ਬਾਅਦ ਵੀ ਉਹਦੇ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਸਰਕਾਰ ਨੂੰ ਚਾਹੀਦਾ ਤਾਂ ਇਹ ਹੈ ਕਿ ਜਿਹੜੇ ਇੰਟੈਲੀਜੈਂਟ ਸਟੂਡੈਂਟ ਹੈ ਉਹਨਾਂ ਨੂੰ ਅਡਾਪਟ ਕਰ ਲਵੇ ਸਾਰਾ ਖਰਚਾ ਰਹਿਣ ਦਾ ਖਾਣ ਦਾ ਸਾਰਾ ਬੰਦੋਬਸਤ ਉਹਨਾਂ ਦਾ ਕਰੇ ਪਰ ਹੋਇਆ ਕੀ ਕਿ ਉਹਦੀਆਂ ਜਿਹੜੀਆਂ ਬੇਸਿਕ ਨੀਡਸ ਉਹ ਵੀ ਪੂਰੀਆਂ ਨਹੀਂ ਹੋਈਆਂ ਉਹਨੂੰ ਲੈਪਟਾਪ ਤੇ ਜਿਹੜਾ ਇੰਟਰਨੈਟ ਨਹੀਂ ਮਿਲਿਆ ਆਨਲਾਈਨ ਪੜਾਈ ਕਰਨ ਵਾਸਤੇ ਉਹ ਕਾਲਜ ਦੇ ਵਿੱਚ ਵੀ ਆਈ ਆ ਕਾਲਜ ਦੇ ਵਿੱਚ ਉਹਨੇ ਦਾਖਲਾ ਲਿਆ ਠੀਕ ਹੈ ਦਾਖਲਾ ਲਿੱਤਾ ਸੀਗਾ ਉਹਨੇ ਜੀ ਦਿੱਲੀ ਊਮਨ ਕਾਲਜ ਦੇ ਵਿੱਚ ਉਹ ਪੜ ਰਹੀ ਸੀ ਪਰ ਉਹਨੂੰ ਜਦੋਂ ਵਜੀਫਾ ਨਹੀਂ ਮਿਲਿਆ ਤਾਂ ਉਹ ਆਪਣਾ ਲੈਪਟਾਪ ਨਹੀਂ ਖਰੀਦ ਸਕੀ ਤੇ ਨਾ ਹੀ ਉਹ ਇੰਟਰਨੈਟ ਲਗਵਾ ਸਕੀ ਉਹਨੇ ਆਪਣੇ ਸੁਸਾਈਡ ਨੋਟ 'ਚ ਲਿਖਿਆ ਆ ਲਿਖਿਆ ਗੁਲਾਨ ਜੀ ਤੁਹਾਨੂੰ ਦੇਖੋ ਜੇ ਆਪਾਂ ਵਿਦੇਸ਼ ਦੀ ਗੱਲ ਕਰੀਏ ਕੈਨੇਡਾ ਅਮਰੀਕਾ ਆਪਾਂ ਤੁਲਨਾ ਦਾ ਆਪਾਂ ਉਹਨਾਂ ਨਾਲ ਕਰਦੇ ਆ ਉਹਨਾਂ ਦੀ ਸਰਕਾਰਾਂ ਜਿਹੜੇ ਉਹਨਾਂ ਦੇ ਬੱਚੇ ਹੁੰਦੇ ਉਹ ਕਹਿੰਦੇ ਸਾਡੇ ਐਸੈਟਸ ਐ ਇਹ ਸਾਡੀ ਜਿਹੜੀ ਪਨੀਰੀ ਐ ਸਾਡਾ ਫਿਊਚਰ ਐ ਇਹ ਜਿਹੜਾ ਸਾਡੇ ਦੇਸ਼ ਦਾ ਫਿਊਚਰ ਐ ਪਰ ਇੱਥੇ ਸਾਡੇ ਜਿਹੜਾ ਬੱਚਿਆਂ ਨੂੰ ਨਾ ਬੁਨਿਆਦੀ ਸਹੂਲਤਾਂ ਦਿੱਤੀ ਜਾਂਦੀਆਂ ਹੁਣ ਆਪਾਂ ਫਿਰ ਗੱਲ ਕਰਦੇ ਆ ਵਿਦੇਸ਼ਾਂ ਦੀ ਉੱਥੇ ਬੱਚੇ ਦੀ 10ਵੀਂ 12ਵੀਂ ਤੱਕ ਪੜ੍ਹਾਈ ਬਿਲਕੁਲ ਫਰੀ ਹੈ ਸਭੋ ਸਰਕਾਰ ਪੈਸੇ ਦਿੰਦੀ ਹੈ ਮਾਪ ਨੂੰ ਨਾ ਚੰਗਾ ਖਾਣ ਪਾਲਣ ਦੇ ਪੈਸੇ ਦਿੰਦੀ ਹੈ ਬਿਲਕੁਲ ਬਿਲਕੁਲ ਪਰ ਕਿਥੇ ਨਾ ਕਿਥੇ ਸਾਡੀ ਜਿਹੜੀ ਸਰਕਾਰ ਹੈਗੀ ਆ ਭਾਰਤ ਸਰਕਾਰ ਲਾ ਲੋ ਇਹ ਅੱਜ ਦੇ ਤਰੀਕ ਦੇ ਵਿੱਚ ਤਲਾਕ ਦਾ ਮੁੱਦਾ ਫਿਰ ਕਿਸਾਨੀ ਦਾ ਮੁੱਦਾ ਫਿਰ ਹੋਰ ਮੁੱਦਿਆਂ ਦੇ ਵਿੱਚ ਹੀ ਇਨੀ ਉਲਝੀ ਹੋਈ ਹੈ ਕਿਥੇ ਸਾਨੂੰ ਲੋਡ ਤਾਂ ਬਿਲਕੁਲ ਤੁਸੀਂ ਬੜਾ ਵਧੀਆ ਜਿਹੜਾ ਨੁਕਤਾ ਚੱਕਿਆ ਬਹੁਤ ਵਧੀਆ ਤੁਹਾਡਾ ਇਹ ਜਿਹੜਾ ਸਵਾਲ ਹੈਗਾ ਔਰ ਇਹ ਸਵਾਲ ਸਾਨੂੰ ਚਾਹੀਦਾ ਹੈ ਸਿਆਸਤਦਾਨਾਂ ਨੂੰ ਕਰ ਸਿਆਸਤਦਾਨਾਂ ਨੂੰ ਕਿਉਂਕਿ ਤੁਸੀਂ ਮੁੱਦੇ ਕੀ ਚੱਕ ਰਹੇ ਹੋ ਸਾਡੇ ਦੇਸ਼ ਜੇ ਵਿਕਾਸਸ਼ੀਲ ਦੇਸ਼ ਵੀ ਨਹੀਂ ਬਣਿਆ ਅਸੀਂ ਵਿਕਸਤ ਦੇਸ਼ਾਂ ਦੀ ਤਾਂ ਰੀਸ ਕਰਦੇ ਸੀ ਤਾਂ ਵਿਕਾਸਸ਼ੀਲ ਵੀ ਨਹੀਂ ਹੈ ਵਿਕਾਸ ਦੇ ਰਾਹ ਤੇ ਵੀ ਨਹੀਂ ਤੁਰੇ ਵੈਲਪਿੰਗ ਦੇ ਵਾਲਾ ਸੀ ਉੱਥੇ ਉਸ ਰਾਹ ਤੇ ਵੀ ਨਹੀਂ ਹੈਗੇ ਅਸੀਂ ਅਸੀਂ ਇੰਨੇ ਪਛੜੇ ਹੋਏ ਆਂ ਔਰ ਸਾਨੂੰ ਅੱਜ ਜਿਹੜੇ ਮੁੱਦੇ ਚੱਕਣੇ ਚਾਹੀਦੇ ਉਹ ਸਾਡੇ ਆ ਬੁਨਿਆਦੀ ਢਾਂਚੇ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਬੁਨਿਆਦੀ ਢਾਂਚਾ ਸਾਡਾ ਕਿਦੇ ਨਾਲ ਮਜ਼ਬੂਤ ਹੋਣਾ ਆ ਉਹ ਅਗਰ ਸਾਡੇ ਬੱਚੇ ਪੜ੍ਹੇ ਲਿਖੇ ਨਹੀਂ ਹੋਣਗੇ ਦੇਸ਼ ਦਾ ਜਿਹੜਾ ਆਉਣ ਵਾਲਾ ਭਵਿੱਖ ਹੈ ਜਿਹੜੀ ਸਾਡੀ ਪਨੀਰੀ ਹੈ ਦੇਸ਼ ਦੀ ਉਹ ਹੀ ਕਮਜ਼ੋਰ ਰਹੀ ਤਾਂ ਉਹ ਅੱਗੇ ਸਾਡੇ ਦੇਸ਼ ਦੇ ਬੂਟੇ ਕਿੱਥੋਂ ਹੋਣਗੇ ਫਲ ਕਿੱਥੋਂ ਲੱਗਣਗੇ ਦੇਸ਼ ਨੂੰ ਅਸੀਂ ਭੱਜੇ ਕਿੱਧਰ ਹੋਏ ਆਂ ਅਸੀਂ ਫਿਰਕਾ ਪ੍ਰਸਤੀ ਦੇ ਵਿੱਚ ਪੈ ਕੇ ਐਨ ਆਰ ਸੀ ਤੇ ਸੀਏ ਵਰਗੇ ਬਿੱਲ ਲੈ ਕੇ ਆ ਰਹੇ ਆ ਤਿੰਨ ਤਲਾਕ ਦੇਤੇ ਹੋਰ ਜਿਹੜਾ ਨਫ਼ਰਤ ਪੈਦਾ ਕਰਨ ਵਾਲੀਆਂ ਚੀਜ਼ਾਂ ਦੇ ਅਸੀਂ ਮੁੱਦੇ ਉਠਾ ਰਹੇ ਹਾਂ ਚਾਹੀਦਾ ਕੀ ਹੈ ਸਭ ਤੋਂ ਜ਼ਰੂਰੀ ਚੀਜ਼ਾਂ ਕੀ ਨੇ ਕਿ ਲੋਕਾਂ ਨੂੰ ਰੋਟੀ ਮਿਲੇ ਲੋਕੀ ਪੜ੍ਹਾਈ ਕਰ ਸਕਣ ਜੇ ਅੱਜ ਸਾਡਾ ਵਿਦਿਆਰਥੀ ਵਿਦੇਸ਼ਾਂ ਵੱਲ ਨੂੰ ਭੱਜ ਰਿਹਾ ਤੇ ਇਹੀ ਕਾਰਨ ਹੈ ਕਾਰਨ ਹੈ اگر ایتھے یوں ਜਿਹੜੀਆਂ ਬੁਨਿਆਦੀ ਲੋੜਾਂ ਨਜੜੀਆਂ ਉਹਦੀਆਂ ਪੂਰੀਆਂ ਹੋਣ ਉਹਦੀ ਪੜਾਈ ਵੱਲ ਸਰਕਾਰ ਧਿਆਨ ਦੇਵੇ ਤਾਂ ਉਹ ਮਰਨ ਵੱਲ ਨਾ ਜਾਣ ਉਹਨਾਂ ਨੂੰ ਮਰਨ ਦੀ ਨਾ ਸੋਚਣੀ ਪਵੇ ਕਿਉਂਕਿ ਉਹ ਸੁਪਨੇ ਸੁਝਾ ਲੈਂਦੇ ਆ ਜਦੋਂ ਉਹਨਾਂ ਦੇ ਅਧਿਆਪਕ ਉਹਨਾਂ ਨੂੰ ਦੱਸਦੇ ਆ ਕਿ ਤੁਸੀਂ ਟੌਪ ਕਰ ਗਏ ਹੋ ਤਾਂ ਹੁਣ ਤੁਸੀਂ ਅੱਗੇ ਅਫਸਰ ਲੱਗ ਜਾਓਗੇ ਜਾ ਕੇ ਠੀਕ ਕਰ ਰਹੇ ਹੋ ਤਾਂ ਉਹਨਾਂ ਨੂੰ ਇੰਜ ਲੱਗਦਾ ਕਿ ਜਿਹੜੀ ਅਸੀਂ ਗਰੀਬੀ ਦੀ ਜ਼ਿਲਤ ਚੋਂ ਨਿਕਲੇ ਆ ਗਰੀਬੀ ਦੇ ਜਿਹੜੀ ਜਲਾਲਤ ਵੇਖੀ ਉਹਨਾਂ ਨੇ ਲੋਕੀਂ ਨਫ਼ਰਤ ਕਰਦੇ ਗਰੀਬ ਨੂੰ ਤਾਂ ਉਹਦੇ ਚੋਂ ਆਪਣੇ ਪਰਿਵਾਰ ਨੂੰ ਬਾਹਰ ਕੱਢ ਲੈਣਗੇ ਜਦੋਂ ਉਹਨੂੰ ਸੁਪਨਾ ਟੁੱਟਦਾ ਨਜ਼ਰ ਆਤਾ ਉਹਨੇ ਫਿਰ ਸੋਚਿਆ ਕਿ ਇਹ ਖੁਦਕੁਸ਼ੀ ਵਾਲਾ ਰਾਹ ਹੀ ਉਹ ਖੁਦਕੁਸ਼ੀ ਵਾਲਾ ਰਾਹ ਅਪਣਾ ਲਿਆ ਕਿਉਂਕਿ ਦੇਖੋ ਕੁਲਾਦੀ ਨਮੋਸ਼ੀ ਆ ਗਈ ਨਾ ਜੀਵਨ ਦੇ ਵਿੱਚ ਬਿਲਕੁਲ ਬਿਲਕੁਲ ਜਿਵੇਂ ਹੁਣ ਆ ਥੋੜੇ ਦਿਨ ਪਹਿਲਾਂ ਦੇ ਗੱਲ ਕਰਦੇ ਆ ਜਿਹੜੇ ਆਪਣਾ ਫਿਲਮ ਵਿੱਚ ਤਾਰਾ ਸੀਗਾ ਸ਼ਾਸ਼ੀ ਰਾਤ ਆਜਪੂਤ ਉਹਨੇ ਵੀ ਦੇਖੋ ਐਸਾ ਸਟੇਟਸ ਬਣ ਗਿਆ ਕਿ ਉਹਨੇ ਕੋਈ ਖੁਸ਼ੀ ਦਾ ਰਾਹ ਤੁਸੀ ਨੇ ਕੁਦਰਤੀ ਇੱਕ ਨਾਲ ਇਹ ਚੀਜ਼ ਚੱਕ ਲਈ ਮੇਰੇ ਧਿਆਨ ਚ ਨਹੀਂ ਸੀ ਇਹ ਬਿਲਕੁਲ ਜਿਹੜੀ ਹੁਣ ਤੁਸੀਂ ਗੱਲ ਕੀਤੀ ਉਹ ਵੀ ਬੀਟੈਕ ਕੀਤੀ ਹੋਸੀ ਉਹਨੇ ਉਹ ਬਹੁਤ ਇੰਟੈਲੀਜੈਂਟ ਸਟੂਡੈਂਟ ਰਹਾ ਉਹ ਇੱਥੇ ਗੁਲਾਜ ਜੀ ਤੁਹਾਨੂੰ ਰੋਗਣਾ ਚਾਹਾਂਗਾ ਤੁਹਾਨੂੰ ਇਦਾਂ ਲੱਗਦਾ ਵੀ ਛਡਾ ਆਪਣਾ ਵਿਦਿਅਕ ਢਾਂਚਾ ਹੈਗਾ ਇਹਦੇ ਵਿੱਚ ਚੇਂਜਸ ਕਰਨੀਆਂ ਚਾਹੀਦੀਆਂ ਕਿਉਂਕਿ ਆਪਣੇ ਦੇਖੋ ਥਿਉਰੀ ਹੈ ਪ੍ਰੈਕਟੀਕਲ ਦੂਜਾ ਇੱਕ ਟਾਪਿਕ ਸਬਜੈਕਟ ਹੋਣਾ ਚਾਹੀਦਾ ਤੁਹਾਨੂੰ ਤੁਹਾਡਾ ਮੈਂਟਲ ਸਟੇਟਸ ਤੁਹਾਡਾ ਕਿਵੇਂ ਸੈਟ ਅਪ ਰਵੇ ਤੁਸੀਂ ਤੁਹਾਡਾ ਮੋਸ਼ੀ ਵੱਲ ਵੀ ਤੁਸੀਂ ਜਾ ਸਕਦੇ ਹੋ ਆਪਣੇ ਨੂੰ ਕਿਵੇਂ ਉਭਾਰਨਾ ਉਹ ਜਿਹੜਾ ਮੇਰਾ ਜਵਾਬ ਹੈ ਨਾ ਉਹਦੇ ਚੋਂ ਹੀ ਕਾਫੀ ਕੁਝ ਤੁਸੀਂ ਕਹਿਗੇ ਹੁਣ ਮੈਂ ਇਹ ਹੀ ਦੱਸਣ ਲੱਗਿਆ ਸੀ ਕਿ ਉਹ ਇੰਟੈਲੀਜੈਂਟ ਵਿਦਿਆਰਥੀ ਉਹ ਪੈਸਾ ਵੀ ਕਮਾ ਲਿਆ ਲੇਕਿਨ ਉਹ ਆਪਣਾ ਮਾਨਸਿਕ ਜਿਹੜਾ ਪੱਧਰ ਉਹ ਜਿਆ ਨਹੀਂ ਬਣਾ ਸਕਿਆ ਕਿ ਹਰ ਪ੍ਰਸਥਿਤੀ ਦੇ ਵਿੱਚ ਉਹ ਜਿਉ ਸਕੇ ਅਸੀਂ ਸਿਰਫ ਕੀ ਕਰ ਰਹੇ ਹਾਂ ਪੜਾਈ ਸਾਡੀ ਕੀ ਹੈ ਕਿਤਾਬਾਂ ਦੀ ਪੜਾਈ ਹੈ ਸਿਰਫ ਤੁਸੀਂ ਵਿਦੇਸ਼ਾਂ ਦੀ ਗੱਲ ਕੀਤੀ ਯੂਰਪ ਤੇ ਪੱਛਮੀ ਦੇਸ਼ਾਂ ਚ ਪੜ੍ਹਾਈ ਫਰੀ ਹੈ ਲੇਕਿਨ ਨਾਲੋ ਨਾਲ ਉਹਨਾਂ ਦਾ ਵਿਦਿਅਕ ਢਾਂਚਾ ਕੀ ਆ ਉਹ ਪ੍ਰੈਕਟੀਕਲ ਜ਼ਿੰਦਗੀ ਜਿਉਣੀ ਵੀ ਸਿਖਾ ਰਹੇ ਨੇ ਨਾਲੇ ਕੁਲਵਾ ਜੀ ਉਹਨਾਂ ਦੇ ਸਾਈਕੀਆਟ੍ਰਿਸਟ ਸਕੂਲ ਕਾਲਜ ਚ ਆ ਕੇ ਬੱਚਿਆਂ ਦੇ ਇੱਕ ਦਿਨ ਕਲਾਸ ਲੈਂਦੇ ਆ ਇੱਕ ਪੀਰੀਅਡ ਦਾ ਲਗ ਤੋਂ ਉਹਨਾਂ ਦਾ ਮੈਂਟਲ ਲੈਵਲ ਦੇਖਦੇ ਆ ਜਿਹੜਾ ਬੱਚਾ ਉਹਨਾਂ ਦੇ ਲੱਗਦਾ ਵੀ ਇਹਦਾ ਮੈਂਟਲ ਲੈਵਲ ਇੰਨਾ ਸਟਰੋਂਗ ਨਹੀਂ ਹੈਗਾ ਪੜ੍ਹਾਈ ਨਹੀਂ ਦੇਖਦੇ ਉਹ ਵੈਸੇ ਮੈਂਟਲ ਲੈਵਲ ਬਿਲਕੁਲ ਬਿਲਕੁਲ ਪ੍ਰੈਕਟੀਕਲੀ ਉਹਦਾ ਉਹਦਾ ਪ੍ਰੋਪਰ ਤੇ ਪੇਰੈਂਟਸ ਨੂੰ ਬੁਲਾ ਕੇ ਉਹਦਾ ਟ੍ਰੀਟਮੈਂਟ ਸਟਾਰਟ ਕਰਦੇ ਆ ਉਹਦਾ ਜੀ ਔਰ ਉਹ ਵਿਦਿਆਰਥੀ ਨੂੰ ਨਹੀਂ ਦੱਸਦੇ ਵੀ ਤੂੰ ਇਹ ਲੈਵਲ ਤੇ ਇਦਾਂ ਜਿਹਾਂ ਮੈਂਟਲ ਲੈਵਲ ਹੈ ਨਹੀਂ ਉਹਨੂੰ ਤਾਂ ਇਹ ਕਹਿੰਦੇ ਤੂੰ ਠੀਕ ਹੈ ਓਕੇ ਹੈ ਸਾਡਾ ਜਿਹੜਾ ਵਿਦਿਅਕ ਟਾਂਚਾ ਉਹਦੇ ਵੱਲ ਧਿਆਨ ਸਾਡੇ ਲੀਡਰ ਕਿਉਂ ਨਹੀਂ ਦੇ ਰਹੇ ਇਹਦਾ ਕਾਰਨ ਇਹ ਆ ਕਿ ਉਹ ਆਪਣੇ ਬੱਚਿਆਂ ਨੂੰ ਕਨਵਰਟ ਸਕੂਲਾਂ 'ਚ ਪੜਾ ਲੈਂਦੇ ਉੱਥੇ ਵੀ ਉਹ ਪੜ੍ਹਾਈ 'ਚ ਇੰਟੈਲੀਜੈਂਟ ਨਹੀਂ ਹੁੰਦੇ ਉਹ ਜਿੰਨਾ ਕਿ ਵੀ ਪੜ੍ਹ ਲੈਂਦੇ ਆ ਲੀਡਰ ਬਣਨਾ ਉਹਨਾਂ ਦੇ ਬੱਚਿਆਂ ਨੇ ਲੀਡਰ ਬਣਨਾ ਤੇ ਲੀਡਰ ਬਣਵਾਤੇ ਕੋਈ ਡਿਗਰੀ ਦੀ ਲੋੜ ਹੈ ਨਹੀਂ ਦੇ ਲੋੜ ਹੈ ਨਹੀਂ ਉਹਨਾਂ ਦੇ ਪ੍ਰਧਾਨ ਮੰਤਰੀਆਂ ਜਾਂ ਮੰਤਰੀਆਂ ਦੇ ਮੁਕਾਬਲੇ ਆਪਣੇ ਮੰਤਰੀਆਂ ਦੀ ਗੱਲ ਕਰੀਏ ਤਾਂ ਤੁਸੀਂ ਵੇਖਿਆ ਨਿਊਜ਼ੀਲੈਂਡ ਦਾ ਪ੍ਰਧਾਨ ਮੰਤਰੀ ਸਬਜ਼ੀ ਖਰੀਦਦਾ ਫਿਰਦਿਆ ਸੀ ਇਸੇ ਤਰ੍ਹਾਂ ਹੀ ਇੰਗਲੈਂਡ ਦੇ ਤੇ ਇਹ ਜਿਹੜੇ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਬਜ਼ਾਰਾਂ ਚ ਆਮ ਪ੍ਰਫਰ ਦੇ ਉਹ ਲਾਈਨ ਚ ਲੱਗੇ ਹੋਏ ਆ ਜੀ ਉੱਥੇ ਇਹ ਲੋਕ ਜਿਹੜੇ ਨੇ ਇਹ ਰਾਜੇ ਬਣ ਕੇ ਰੱਬ ਬਣ ਕੇ ਬੈਠ ਗਏ ਤੇ ਆਮ ਜਨਤਾ ਨੂੰ ਇਹਨਾਂ ਨੇ ਕਿਹੜੇ ਮਕੋੜੇ ਸਮਝਾਇਆ ਉਹਨਾਂ ਵੱਲ ਧਿਆਨ ਹੀ ਨਹੀਂ ਉਹਨਾਂ ਦੀ ਪੜ੍ਹਾਈ ਦਾ ਧਿਆਨ ਕਿਉਂ ਦੇਣਗੇ ਇਹ ਕਿਉਂਕਿ ਪੜ੍ਹਾਈ ਦਾ ਧਿਆਨ ਕਨਵੈਂਟ ਸਕੂਲਾਂ ਦੇ ਵਿੱਚ ਵੱਡਿਆਂ ਸਕੂਲਾਂ ਦੇ ਵਿੱਚ ਹੋ ਸਕਦਾ ਥੋੜਾ ਬਹੁਤ ਹੋਵੇ ਸਰਕਾਰੀ ਸਕੂਲਾਂ ਦੇ ਵਿੱਚ ਸਿਰਫ ਜਿਹੜੇ ਧਿਆਨ ਦਿੱਤਾ ਜਾ ਰਿਹਾ ਕਿਤਾਬੀ ਪੜ੍ਹਾਈ ਵਾਲਾ ਕਿਤਾਬੀ ਪੜ੍ਹਾਈ ਉਹ ਫਿਰ ਇਹ ਵੇਖਿਆ ਜਾ ਰਿਹਾ ਰਿਜ਼ਲਟ ਕਿਵੇਂ ਆਉਣੇ ਨੇ ਉਥੇ ਅੱਜ ਗਾਈਡਾਂ ਮਿਲ ਜਾਂਦੀਆਂ ਨੇ ਜਾਂ ਹੋਰ ਤਰ੍ਹਾਂ ਨਾਲ ਉਹ ਕਿਸੇ ਤਰ੍ਹਾਂ ਨਾਲ ਵੀ ਬੱਚੇ ਦੇ ਉੱਤੇ ਉਹ ਇੰਨਾ ਕਿ ਦਬਾਅ ਪਾ ਦਿੰਦੇ ਆ ਕਿ ਉਹ ਮਾਨਸਿਕ ਤੌਰ ਤੇ ਪੜ੍ਹਾਈ ਵਾਲੀ ਥਿਊਰੀ ਵਾਲ ਲੱਗਾ ਹੋਇਆ ਕਿ ਉਹ ਜਿਹੜੇ ਵੱਧ ਤੋਂ ਵੱਧ ਮਾਰਕਸ ਜਿਹੜੇ ਆਬਟੇਨ ਕਰ ਸਕੇ ਵੱਧ ਤੋਂ ਵੱਧ ਨੰਬਰ ਲੈ ਸਕੇ ਪਰ ਉਹਨੂੰ ਜ਼ਿੰਦਗੀ ਜਿਉਣੀ ਭੁੱਲ ਜਾਂਦੀ ਆ ਜੇਰੇ ਕੁੜੀ ਸੋਚਦੀ ਇਹ ਟਾਈਮ ਥੋੜੀ ਦੇਰ ਲਈ ਮਾੜਾ ਆ ਨਿਕਲ ਜਾਏਗਾ ਤਾਂ ਉਹ ਨਾ ਕਰਦੀ ਇਸੇ ਤਰ੍ਹਾਂ ਹੀ ਅਗਰ ਸੁਸ਼ਾਂਤ ਸਿੰਘ ਰਾਜਪੂਤ ਸੋਚਦਾ ਕਿ ਅੱਜ ਉਹਨੂੰ ਫਿਲਮਾਂ ਨਹੀਂ ਮਿਲ ਰਹੀਆਂ ਕੋਈ ਗੱਲ ਨਹੀਂ ਅਗਰ ਨਹੀਂ ਹੋਏਗਾ ਤੇ ਇਹ ਲਾਈਨ ਛੱਡ ਕੇ ਦੂਜੀ ਲਾਈਨ ਵਿੱਚ ਜ਼ਰੂਰੀ ਜ਼ਿੰਦਗੀ ਇਕੱਲਾ ਇਦਾਂ ਹੀ ਸੋਚ ਲੈਂਦਾ ਇਕੱਲਾ ਮੇਰੇ ਨਾਲ ਥੋੜੀ ਹੋਇਆ ਸਾਰਿਆਂ ਨਾਲ ਹੀ ਸਾਰਿਆਂ ਨਾਲ ਹੋ ਰਿਹਾ ਸਾਰੀ ਇੰਡਸਟਰੀ ਨਾਲ ਹੋ ਰਿਹਾ ਲੇਕਿਨ ਜਿਹੜਾ ਸਾਡਾ ਮਾਨਸਿਕ ਸੰਤੁਲਨ ਹੈ ਅਸੀਂ ਪੜ੍ਹਾਈ ਦੇ ਵਿੱਚ ਇੰਨਾ ਕੁ ਉਹਦੇ ਤੇ ਦਬਾਅ ਪਾ ਦਿੰਨੇ ਆ ਕਿ ਉਹਨੇ ਜਿਹੜੇ ਮਾਰਸ ਅਬਟੇਨ ਕਰਨੇ ਨੰਬਰ ਲੈਣੇ ਨੇ ਪਰ ਉਹਨੂੰ ਜ਼ਿੰਦਗੀ ਜਿਉਣੀ ਭੁਲਾ ਦਿੰਨੇ ਆ ਉਹਦੇ emotions ਡੈੱਡ ਕਰ ਦਿੰਨੇ ਆ ਉਹਨੂੰ ਇਹ ਭੁਲਾ ਦਿੰਨੇ ਕਿ ਸਮਾਜ ਦੇ ਵਿੱਚ ਇਸ ਤੋਂ ਇਲਾਵਾ ਹੋਰ ਵੀ ਚੀਜ਼ਾਂ ਨੇ ਸਮਾਜ ਦੇ ਵਿੱਚ ਤਰੱਕੀ ਕੀਤੀ ਜਾ ਸਕਦੀ ਆ ਪਰ ਇਹ ਪੜਾਈ ਤੁਸੀਂ ਠੀਕ ਕਿਹਾ ਕਿ ਸਾਡਾ ਐਜੂਕੇਸ਼ਨਲ ਜਿਹੜਾ ਸਿਸਟਮ ਹੈ ਇਹ ਜਿਹੜਾ ਵਿਦਿਅਕ ਢਾਂਚਾ ਇਹਨੂੰ ਬਦਲਣ ਦੀ ਲੋੜ ਹੈ ਸਾਡੀ ਪੜ੍ਹਾਈ ਕਿਵੇਂ ਕਰਾਉਣੀ ਆ ਕਿਤਾਬਾਂ ਨਾਲੋਂ ਹਟ ਕੇ ਪ੍ਰੈਕਟੀਕਲੀ ਉਹਨਾਂ ਨੂੰ ਜਿਉਣਾ ਸਿੱਖਣਾ ਹੈ ਜਿਉਣਾ ਸਿੱਖਣਾ ਨਾ ਦਿਮਾਗੀ ਤੌਰ ਤੇ ਸਟਰੋਂਗ ਕਰਨ ਦੀ ਲੋੜ ਹੈ ਅ ਕੁਲਵੰਜੀ ਹੁਣ ਤੁਸੀਂ ਅ ਅ ਦੇ ਹੁਣ ਦੇ ਹਾਲਾਤਾਂ ਤੋਂ ਲੈ ਕੇ ਤੁਸੀਂ ਜਿਹੜੇ ਹੋਸ਼ਿਆਰ ਵਿਦਿਆਰਥੀ ਆ ਇਹਨਾਂ ਦਾ ਭੁੱਖ ਕਿੱਦਾਂ ਲੈ ਰਹੇ ਹੋ ਮੈਂ ਤੁਹਾਨੂੰ ਇੱਥੇ ਪਹਿਲਾਂ ਛੋਟੀ ਜੀ ਗੱਲ ਇਹਦੇ ਨਾਲ ਜੁੜਦੀ ਹੀ ਕਰ ਲਵਾਂ ਕਿ ਪਿਛਲੇ ਸਮੇਂ ਦੇ ਵਿੱਚ ਵੈਦਿਕ ਕਾਲ ਦੇ ਵਿੱਚ ਸਾਡਾ ਹਿੰਦੁਸਤਾਨ ਦਾ ਜਿਹੜਾ ਵਿਦਿਅਕ ਢਾਂਚਾ ਸੀਗਾ ਉਹ ਪ੍ਰੈਕਟੀਕਲ ਜ਼ਿਆਦਾ ਸੀ ਗੁਰੂਕੁਲ ਚ ਪੜਾਈ ਹੁੰਦੀ ਸੀ ਉੱਥੇ ਭਾਵੇਂ ਰਾਜੇ ਦਾ ਬੱਚਾ ਤੇ ਭਾਵੇਂ ਕਿਸੇ ਗਰੀਬ ਦਾ ਇਕੱਠਿਆਂ ਨੂੰ ਗੁਰੂਕੁਲ ਚ ਪੜਾਇਆ ਜਾਂਦਾ ਸੀ ਪਹਿਲਾਂ ਸਾਰੇ ਸਾਰੇ ਬੱਚੇ ਨੂੰ ਪਹਿਲਾਂ ਅਕਸੈਸ ਕਰਾਈ ਜਾਂਦੀ ਸੀ ਫਿਰ ਉਸ ਤੋਂ ਬਾਅਦ ਪਾਠ ਪੂਜਾ ਸਿਖਾਈ ਜਾਂਦੀ ਸੀ ਫਿਰ ਨਾਸ਼ਤਾ ਕਰਾ ਕੇ ਫਿਰ ਉਹਨੂੰ এডਿਕੇਸ਼ਨ ਦਿੱਤੀ ਜਾਂਦੀ ਸੀ ਭਾਵੇਂ ਰਾਜੇ ਦਾ ਬੱਚਾ ਸੀ ਉਹਨੂੰ ਜੰਗਲਾਂ ਚ ਲੱਕੜੀ ਕੱਟਣ ਲਈ ਪੇੜੀਆ ਜਾਂਦਾ ਸੀ ਉਹਨੂੰ ਪ੍ਰੈਕਟੀਕਲ ਜੀਵਨ ਸਿਖਾਇਆ ਜਾਂਦਾ ਸੀ ਪਰ ਹੁਣ ਕੀ ਹੈ ਹੁਣ ਪ੍ਰੈਕਟੀਕਲ ਜੀਵਨ ਤਾਂ ਲੋਕ ਭੁੱਲ ਗਏ ਉਹਨਾਂ ਨੂੰ ਇਹ ਹੈ ਕਿ ਮੈਂ ਰੇਸ ਚ ਭੱਜਣਾ ਹੈ ਤੇ ਦੂਜੇ ਨਾਲੋਂ ਅੱਗੇ ਨਿਕਲਣਾ ਹੈ रेस ਦੇ ਵਿੱਚ ਦੌੜਨਾ ਸ਼ੁਰੂ ਕਰਾਤਾ ਇਹ ਨਹੀਂ ਸਿਖਾਇਆ ਕਿ ਜੀਣਾ ਕਿਵੇਂ ਆ ਜੀਣਾ ਕਿਵੇਂ ਆ ਠੀਕ ਹੈ ਸਾਨੂੰ ਵਾਪਸ ਅਸੀਂ ਕਈ ਵਾਰੀ ਕਹਿੰਨੇ ਕਿ ਵਾਪਸ ਥੋੜੀ ਪਾਣੀ ਦੇ ਕਾਲ ਦੇ ਵਿੱਚ ਜਾਣਾ ਲੇਕਿਨ ਚੰਗੀਆਂ ਗੱਲਾਂ ਸਾਡੀਆਂ ਜਿਹੜੀਆਂ ਸੀ ਉਹਨਾਂ ਨੂੰ ਅਸੀਂ ਨਾਲ ਲੈ ਕੇ ਚੱਲਣਾ ਆ ਨਾਲ ਲੈ ਕੇ ਚੱਲਣਾ ਕਲੋਂਜੀ ਆਹੀ ਕਰਸੀ ਵੀ ਜਿਹੜੇ ਅੱਜ ਕੱਲ ਤੁਸੀਂ ਕਿਦਾਂ ਫਿਊਚਰ ਲੈ ਰਹੇ ਹੋ ਜਿਹੜੇ ਪੜ੍ਹੇ ਲਿਖੇ ਬੱਚੇ ਆ ਜਿਹੜੇ ਅੱਛੇ ਬੱਚੇ ਆ ਪੜਨ ਵਾਲੇ ਉਹਨਾਂ ਦਾ ਭਵਿੱਖ ਕੀ ਫਿਊਚਰ ਦੇਖ ਰਹੇ ਹੋ ਤੁਸੀਂ ਮੈਂ ਇੱਕ ਵੀਡੀਓ ਦੇਖ ਰਿਆ ਸੀ ਕਿਸੇ ਸੰਤ ਦੀ ਤੇ ਉਹਨੇ ਇੱਕ ਕਮੇਡੀ ਦੇ ਰੂਪ ਵਿੱਚ ਵੀਡੀਓ ਪਾਈ ਸੀ ਉਹਨੇ ਕਿਹਾ ਸੀ ਕਿ ਸਾਡੇ ਦੇਸ਼ ਦੇ ਵਿੱਚ ਜਿਹੜਾ ਸਭ ਤੋਂ ਵਧੀਆ ਪੜ੍ਹਾਈ ਕਰਦਾ ਉਹ ਨੌਕਰ ਬਣਦਾ ਤੇ ਜਿਹੜਾ ਸਭ ਤੋਂ ਨਿਚਲੀ ਪੜਾਈ ਕਰਦਾ ਨਲਾਇਕ ਬੱਚਾ ਨਲਾਇਕ ਬੱਚਾ ਜਿਹੜਾ 10ਵੀਂ ਤੱਕ ਕਰ ਜਾਂਦਾ ਉਹ ਲੀਡਰ ਬਣ ਜਾਂਦਾ ਤੇ ਜਿਹੜਾ 10ਵੀਂ ਚੋਂ ਫੇਲ ਹੋ ਜਾਂਦਾ ਉਹ ਬਾਬਾ ਬਣ ਜਾਂਦਾ ਕਿਸੇ ਤਰ੍ਹਾਂ ਤੇ ਸਾਰੀ ਦੁਨੀਆ ਫਿਰ ਉਹਦੇ ਪੈਰਾਂ ਤੇ ਡਿੱਗਦੀ ਜਾਂਦੀ ਫਿਰ ਬਾਬਾ ਚਲਾ ਰਿਹਾ ਹੁੰਦਾ ਸਾਡੇ ਦੇਸ਼ ਦੇ ਵਿੱਚ ਜਿਹੜੇ ਐਮਬੀ ਐਮਬੀਏ ਕੀਤੇ ਹੋਏ ਪੀਐਚਡੀ ਕੀਤੇ ਹੋਏ ਲੋਕ ਨੇ ਉਹ ਨੌਕਰ ਨੇ ਤੇ ਤਨਖਾਹ ਕਿੰਨੀ ਮਿਲ ਰਹੀ 10 ਤੋਂ 15000 ਰੁਪਏ ਤੇ ਜਿਹੜਾ ਇੱਕ ਅੰਪਾਇਰ ਖੜਾ ਕਰ ਰਿਆ ਕਿਸੇ ਲੀਡਰ ਦਾ ਬੱਚਾ 10ਵੀਂ ਪਾਸ ਕਰਕੇ ਉਹ 10 10 ਲੱਖ ਤੇ 20 20 ਲੱਖ ਰੁਪਏ ਮਹੀਨੇ ਦਾ ਕਮਾ ਰਿਆ ਤਾਂ ਇੱਥੇ ਫਿਰ ਆ ਕੇ ਕੀ ਹੁੰਦਾ ਹੈ ਕਿ ਪੜ੍ਹਾਈ ਦੀ ਜਿਹੜੀ ਵੈਲਿਊ ਇੰਜ ਲੱਗਦੀ ਆ ਬੱਚਿਆਂ ਨੂੰ ਸਟੂਡੈਂਟਸ ਨੂੰ ਇੰਜ ਲੱਗਦਾ ਕਿ ਪੜ੍ਹਿਆ ਲਿਖ ਪੜ੍ਹ ਲਿਖ ਕੀ ਕਰਨਾ ਆ ਹੋਣਾ ਕੀ ਆ ਨੌਕਰ ਲੱਗਣਾ ਤੇ ਇਸ ਤੋਂ ਚੰਗਾ ਉਹ ਕਿਸੇ ਨਾ ਕਿਸੇ ਤਰ੍ਹਾਂ ਸਿਆਸਤ ਵਾਲੇ ਪਾਸੇ ਨੂੰ ਭੱਜਦਾ ਲੇਕਿਨ ਗਰੀਬ ਬੰਦੇ ਦੀ ਸਿਆਸਤ ਵੀ ਨਹੀਂ ਰਹਿੰਦੀ ਉਹ ਕਿਸੇ ਪਾਸੇ ਜੋਗ ਨੀ ਰਹਾ ਜਾਂਦਾ ਤੇ ਮੈਂ ਜਿਹੜਾ ਪੁਖ ਵੇਖਦਾ ਹੁਣ ਤੱਕ ਜਿਹੜਾ ਇਸ ਟਾਈਮ ਚੱਲ ਰਿਹਾ ਸਾਡੇ ਦੇਸ਼ ਦਾ ਸਟੂਡੈਂਟ ਇੱਥੇ ਉਹਨੂੰ ਭਵਿੱਖ ਨਜ਼ਰ ਆ ਹੀ ਨਹੀਂ ਰਿਹਾ। ਭਵਿੱਖ ਨਜ਼ਰ ਨਹੀਂ ਆ ਰਿਹਾ। ਪੜ੍ਹ ਲਿਖੀ ਜਾਂਦਾ 5-10 ਹਜ਼ਾਰ ਦੀ ਨੌਕਰੀ ਮਿਲਦੀ ਆ। ਦੂਜਾ ਵਿਦੇਸ਼ ਦੇ ਵਿੱਚ ਅਗਰ ਜਾ ਕੇ ਨੌਕਰੀ ਕਰਦਾ ਉਹ ਕਿੱਥੇ ਕਾਮਯਾਬ ਹੋ ਜਾਂਦਾ? ਕਿਸੇ ਵੀ ਬੱਚੇ ਨੂੰ ਭਾਵੇਂ ਉਹ 95% ਜਿਹੜੇ ਨੰਬਰ ਲੈ ਲੈਂਦਾ ਉਹਨੂੰ ਪੁੱਛੋਗੇ ਕੀ ਕਰਨਾ? ਕਹਿੰਦੇ ਜੀ ਮੈਂ ਕੈਨੇਡਾ ਜਾਣਾ। ਮੈਂ ਆਸਟ੍ਰੇਲੀਆ ਜਾਣਾ। ਮੈਂ ਅਮਰੀਕਾ 'ਚ ਜਾ ਕੇ ਪੜਨਾ ਪਲੱਸ 2 ਤੋਂ ਬਾਅਦ ਨਿਊਜ਼ੀਲੈਂਡ ਜਾਣਾ। ਹਾਂ ਜੀ ਉਹ ਕੀ ਕਰਦੇ ਨੇ ਕਿ ਉਹ ਆਈਲੈਸ਼ ਕਰਨੀ ਸ਼ੁਰੂ ਕਰ ਦਿੰਦੇ ਨੇ। ਫਲ ਕੀ ਹੋ ਰਿਹਾ ਗੁਲਵੰਝੀ ਪਹਿਲ ਤੁਸੀਂ ਨੋਟ ਸ਼ੇਅਰ ਕੀਤੀ ਹੈ ਨਹੀਂ ਕੀਤੀ ਪਹਿਲਾਂ ਆਪਾਂ ਜਾਂਦੇ ਸੀਗੇ ਪੰਜਾਬ ਦੇ ਆਈਐਸ ਆਈਪੀਐਸ ਕੈਡਰ ਦੇ ਆਪਾਂ ਨੂੰ ਕੁਰਸੀ ਦੇ ਬੈਠੇ ਉੱਤੇ ਵੱਡੇ ਵੱਡੇ ਅਫਸਰ ਆਪਾਂ ਨੂੰ ਮਿਲਦੇ ਸੀਗੇ ਜੀ ਹੁਣ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਤਾਂ ਆਈਐਸ ਪੀਸੀਐਸ ਤਾਂ ਦਿਖਦੇ ਹੀ ਨਹੀਂ ਹੈਗੇ ਇਹ ਬਾਹਰੋਂ ਆ ਰਹੇ ਨੇ ਜਿਹੜੇ ਇੱਥੇ ਐਪਲੀਕੇਸ਼ਨ ਦੇ ਉੱਤੇ ਆਉਂਦੇ ਨੇ ਉਹ ਬਾਹਰੋਂ ਜ਼ਿਆਦਾਤਰ ਕੇਰਲਾ ਸਾਈਡ ਤੋਂ ਸਾਡੇ ਆਕੇ ਤੇ ਪੰਜਾਬ ਦੇ ਵਿੱਚ ਲੱਗਦੇ ਨੇ ਤੇ ਜਿਹੜੇ ਇੱਥੇ ਪੰਜਾਬ ਦੀ ਗੱਲ ਕਰ ਰਹੇ ਜਿਹੜੇ ਪੰਜਾਬ ਦੇ ਜਿਹੜੇ ਚੰਗੀ ਪਨੀਰੀ ਹੋ ਤਾਂ ਸਾਰੇ ਦੇਸ਼ਾਂ ਦੀ ਯੂਪੀਐਸਸੀ ਦੀ ਤਿਆਰੀ ਕਰਨੀ ਹੋਵੇ ਨਾ ਤੇ ਗਰੀਬ ਬੱਚਾ ਤਾਂ ਕਰ ਹੀ ਨਹੀਂ ਸਕਦਾ ਓਨੀ ਪੜ੍ਹਾਈ ਕਰਨੀ ਅੱਜ ਉਹਨਾਂ ਦੀ ਟਿਊਸ਼ਨ ਜਿਹੜੀਆਂ ਨੇ ਉਹ ਬਹੁਤ ਮਹਿੰਗੀਆਂ ਨੇ ਫਿਰ ਅਗਰ ਉਹ ਥਿਊਰੀ ਕੱਢ ਜਾਂਦਾ ਤੇ ਪ੍ਰੈਕਟੀਕਲ ਦੇ ਵਿੱਚ ਜਦੋਂ ਇੰਟਰਵਿਊ ਹੁੰਦੀ ਜਾ ਕੇ ਉਹਦੀ ਇੰਟਰਵਿਊ ਦੇ ਉੱਤੇ ਫਿਰ ਸਿਆਸਤ ਚੱਲਦੀ ਹੈ। ਸਿਆਸਤ ਚੱਲਦੀ। ਉੱਥੇ ਜਿਹੜੀ ਸਿਲੈਕਸ਼ਨ ਹੁੰਦੀ ਆ ਫਿਰ ਉਹ ਉੱਥੇ ਪੈਸਿਆਂ ਦੇ ਤੇ ਪੈਸੇ ਦੇ ਉੱਤੇ ਤੇ ਜਿਹੜੇ ਲੋਕਾਂ ਦਾ ਆਧਾਰ ਹੈ ਸਿਆਸਤ ਦੇ ਵਿੱਚ ਜਿਨ੍ਹਾਂ ਦੀ ਪਹੁੰਚ ਹੈ ਉਹਨਾਂ ਦੇ ਬੱਚਿਆਂ ਨੂੰ ਸਿਲੈਕਟ ਕਰ ਲਿਆ ਜਾਂਦਾ ਤੇ ਜਿਹੜੇ ਥਿਊਰੀ ਦੇ ਵਿੱਚ ਭਾਵੇਂ ਜਿੰਨੇ ਮਰਜੀ ਨੰਬਰ ਲੈ ਹੁਣ ਲੇਕਿਨ ਉਹਦੀ ਕੀਤੇ ਪਹੁੰਚ ਨਹੀਂ ਹੈ ਜਾਂ ਉਹਦੇ ਕੋਲ ਪੈਸਾ ਨਹੀਂ ਹੈ ਤਾਂ ਉਹ ਉੱਥੇ ਵੀ ਰੁੜ ਜਾਂਦਾ। ਆ ਕੋਈ ਅਗਲੀ ਗੱਲ ਕਰਦੇ ਆ। ਪਰਤ ਦੇ ਵਿੱਚ ਰੱਖਵਾ ਕਰਨ ਜ਼ਰੂਰ ਹੈਗਾ ਪਰ ਕਿਤੇ ਨਾ ਕਿਤੇ ਕਾਗਜ਼ਾਈ ਨਹੀਂ ਤੁਹਾਨੂੰ ਲੱਗਦਾ ਹਾਂ ਜਿਵੇਂ ਇਹ ਜਿਹੜੀ ਲੜਕੀ ਨੇ ਅੱਜ ਜਾਂ ਕੱਲ ਆਤਮ ਹੱਤਿਆ ਕੀਤੀ ਆ ਅਗਰ ਰੱਖਵੇ ਕਰਨ ਦਾ ਉਹਨੂੰ ਲਾਭ ਮਿਲਿਆ ਹੁੰਦਾ ਤਾਂ ਇੰਜ ਕਿਉਂ ਕਰਦੀ ਹੁਣ ਤੁਸੀਂ ਪਿੰਡਾਂ 'ਚ ਜਾਓ ਰੱਖਵੇ ਕਰਨ ਵਾਲੇ ਜਿਹੜੇ ਲੋਕ ਜਿਹੜੇ ਸੱਚੀ ਮੁੱਚੀ ਗਰੀਬ ਨੇ ਜਿਹੜੇ ਗਰੀਬੀ ਦੀ ਰੇਖਾ ਤੋਂ ਥੱਲੇ ਨੇ ਉਹ ਤਾਂ 10ਵੀਂ ਤੋਂ ਬਾਅਦ ਪੜਾਈ ਨਹੀਂ ਕਰ پا ਰਹੇ ਰਾਖਵ ਕਰਨ ਵੀ ਜਿਹੜੇ ਅਮੀਰ ਲੋਗ ਨੇ ਕ੍ਰੀਮੀ ਲੇਅਰ ਦੇ ਵਿੱਚ ਨੇ ਉਹ ਲੈ ਰਹੇ ਨੇ ਰਾਖਵੇਂ ਕਰਨ ਦੇ ਵਿੱਚ ਬੜਾ ਕੁਛ ਹੈ ਸਬਸਿਡੀਆਂ ਨੇ ਲੇਕਿਨ ਉਹ ਸਬਸਿਡੀਆਂ ਕਿੰਨੂੰ ਮਿਲ ਰਹੀਆਂ ਨੇ ਉਹ ਗਰੀਬਾਂ ਨੂੰ ਤਾਂ ਮਿਲ ਹੀ ਨਹੀਂ ਰਹੀਆਂ ਰਾਖਵੇਂ ਕਰਨ ਦਾ ਇੱਕ ਸਿਰਫ ਸੱਚੀ ਤੁਸੀਂ ਇਹ ਗੱਲ ਕਹਿ ਰਹੇ ਹੋ ਜਿਹੜੀ ਵੀ ਉਹ ਸੱਚੀ ਮੁੱੱਚੀ ਕਾਗਜ਼ਾਂ 'ਚ ਹੈ ਰਿਹਾ ਗਿਆ ਅਸਲ ਵਿੱਚ ਜਿਹੜਾ ਗਰੀਬ ਹੈ ਦਲਿਤ ਹੈ ਉਹਨੂੰ ਕੋਈ ਲਾਭ ਨਹੀਂ ਮਿਲ ਰਿਹਾ ਅਕਲੋ ਜੀ ਲਾਸਟ ਜਾਂਦੇ ਜਾਂਦੇ ਇੱਕ ਸਵਾਲ ਪੁੱਛ ਲੈਣੇ ਆ ਜਿਹੜਾ ਹੁਣ ਵਿਦਿਅਕ ਢਾਂਚਾ ਹੈ ਭਾਰਤ ਦਾ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਚੇਂਜਸ ਹੋਣੀਆਂ ਚਾਹੀਦੀਆਂ ਬਿਲਕੁਲ ਇਹਦੇ ਵਿੱਚ ਬਹੁਤ ਜ਼ਿਆਦਾ ਚੇਂਜਸ ਦੀ ਲੋੜ ਹੈ ਇਹਦੇ ਵਿੱਚ ਆਪਾਂ ਪਿੱਛੇ ਇਸ ਜਿਹੜਾ ਆਪਾਂ ਗੱਲ ਕਰਕੇ ਆਏ ਆ ਉਹ ਚੀਜ਼ਾਂ ਜਿਹੜੀਆਂ ਨੇ ਪ੍ਰੈਕਟੀਕਲ ਜ਼ਿਆਦਾ ਲਿਆਉਣ ਦੀ ਲੋੜ ਆ ਨਾਲੋਂ ਨਾਲ ਜਿਹੜਾ ਮਾਨਸਿਕ ਪੱਧਰ ਕਿਵੇਂ ਬੱਚੇ ਦਾ ਅਪ ਕੀਤਾ ਜਾਵੇ ਜਿਹੜਾ ਮਾਨਸਿਕ ਤੌਰ ਤੇ ਜੀ ਜੇ ਕਹਿ ਲਈਏ ਕਿ ਆਤਮਾ ਕਿਵੇਂ ਉਹਦੀ ਮજબૂત ਕੀਤੀ ਜਾਵੇ ਸਾਡੀਆਂ ਆਤਮਾਵਾਂ ਕਮਜ਼ੋਰ ਹੋ ਚੁੱਕੀਆਂ ਨੇ ਅਸੀਂ ਧਰਮ ਨਾਲੋਂ ਟੁੱਟ ਚੁੱਕੇ ਹਾਂ ਉਹ ਬੰਦਾ ਮੋਬਾਈਲ ਦੇ ਵਿੱਚ ਜੋ ਘਰ ਰਹਿੰਦਾ ਬੱਚਾ ਪੜ੍ਹਾਈ ਦੇ ਵਿੱਚੋਂ ਇਹਨਾਂ ਨੇ ਧਰਮ ਨੂੰ ਬਿਲਕੁਲ ਅਲੱਗ ਕਰਤਾ ਧਰਮ ਕੀ ਹੈ ਧਰਮ ਅਸੀਂ ਕਰਤਾ ਹਿੰਦੂ ਸਿੱਖ ਮੁਸਲਮਾਨ ਮੁਸਲਮਾਨ ਇਹ ਧਰਮ ਕਰਤਾ ਧਰਮ ਇਹ ਨਹੀਂ ਸੀ ਧਰਮ ਤਾਂ ਬਚਸ ਰਲ ਕੇ ਜਿਓ ਧਰਮ ਦਾ ਤਾਂ ਇਹ ਸੀਗਾ ਕਿ ਉਹ ਜੇ ਮਾਨਸਿਕ ਤੌਰ ਤੇ ਵਿਕਸਤ ਹੋਵੇ ਤੇ ਨਾਲੋਂ ਨਾਲੋਂ ਧਾਰਮਿਕ ਤੌਰ ਤੇ ਅਧਿਆਤਮਿਕ ਤੌਰ ਤੇ ਆਧਿਆਤਮਿਕ ਜਿਹੜਾ ਪੱਖ ਹੈ ਉਹ ਦਾ ਕਮਜ਼ੋਰ ਨਾ ਹੋਵੇ ਹੁਣ ਜਿਹੜਾ ਬੱਚਾ ਐਡਾ ਇੰਟੈਲੀਜੈਂਟ ਹੋ ਕੇ ਇੱਕ ਛੋਟੀ ਜੀ ਮੁਸੀਬਤ ਆਏ ਤੇ ਆਤਮ ਹੱਤਿਆ ਕਰ ਰਿਹਾ ਜ਼ਿੰਦਗੀ ਚ ਅੱਗੇ ਕਿੰਨੀਆਂ ਔਕੜਾਂ ਹੋਣੀਆਂ ਨੇ ਉਹ ਸਿੱਖੀਆਂ ਜਾਂਦੀਆਂ ਨੇ ਬੇਸਿਕ ਚੀਜ਼ਾਂ ਨਹੀਂ ਸਿਖਾਈਆਂ ਜਾਂਦੀਆਂ ਉਹ ਸਿੱਖੀਆਂ ਜਾਂਦੀਆਂ ਨੇ ਧਰਮ ਦੇ ਨਾਲ ਧਰਮ ਇਹ ਨਹੀਂ ਫਿਰ ਮੈਂ ਉਹ ਕਹਣਾ ਜਿੰਨੂੰ ਅੱਜ ਲੋਕ ਧਰਮ ਕਹਰੇ ਧਰਮ ਤਾਂ ਇਹ ਹੈ ਕਿ ਤੁਸੀਂ ਵੇਦਾਂ ਗ੍ਰੰਥਾਂ ਤੋਂ ਕੀ ਜਾਣਕਾਰੀ ਲੈ ਰਹੇ ਗੁਰੂ ਗ੍ਰੰਥ ਸਾਹਿਬ ਅੱਜ ਸਾਡੇ ਕੋਲ ਸਭ ਤੋਂ ਤਾਜ਼ਾ ਜਿਹੜਾ ਗਿਆਨ ਦਾ ਸਾਗਰ ਹੈ ਸਾਡੇ ਕੋਲ ਗੀਤਾ ਹੈ ਕੁਰਾਨ ਸ਼ਰੀਫ ਹੈ ਸਾਡੇ ਕੋਲ ਵੇਦ ਨੇ ਅਪਨਿਸ਼ਦ ਨੇ ਇਹਨਾਂ ਨੂੰ ਤਾਂ ਅਸੀਂ ਬਿਲਕੁਲ ਪਾਸੇ ਰੱਖ ਦਿੱਤਾ ਇਹਨਾਂ ਦੀ ਸਿੱਖਿਆ ਇਹ ਨਹੀਂ ਕਿ ਜਿਵੇਂ ਉਹਨੇ ਇਹਨਾਂ ਨੇ ਕਿਹਾ ਕਿ ਅਸੀਂ ਗੀਤਾ ਲਾਗੂ ਕਰਦੇਾਂਗੇ ਤਾਂ ਦੂਜੀ ਚੀਜ਼ ਨੂੰ ਪਿੱਛੇ ਛੱਡ ਦਿਓ ਧਾਰਮਿਕ ਜਿਹੜੀਆਂ ਸਿੱਖਿਆਵਾਂ ਅਧਿਆਤਮਿਕ ਤੌਰ ਤੇ ਸਾਨੂੰ ਉੱਪਰ ਚੱਕਦੀਆਂ ਨੇ ਉਹ ਸਾਰੀਆਂ ਲੈਣੀਆਂ ਚਾਹੀਦੀਆਂ ਨੇ ਔਰ ਇਹ ਨਹੀਂ ਜ਼ਰੂਰੀ ਕਿ ਅਸੀਂ ਉਸ ਢੰਗ ਦੇ ਨਾਲ ਵੀ ਇੱਕ ਫਿਰਕੇ ਦੀ ਗੱਲ ਕਰਕੇ ਚੱਲੀਏ ਸਾਨੂੰ ਵਿਦਿਆਰਥੀਆਂ ਨੂੰ ਕਿਵੇਂ ਸਿਖਾਈਏ ਕਿਵੇਂ ਸਿਖਾਈਏ ਜਿਉਣਾ ਕਿਵੇਂ ਸਿਖਾਈਏ ਉਹਨਾਂ ਨੂੰ ਇਨਸਾਨੀਅਤ ਕਿਵੇਂ ਸਿਖਾਈਏ ਜਾਂ ਕਿ ਜਿਹੜਾ ਨਸਲੀ ਵਿਤਕਰਾਇਆ ਉਹ ਨਾ ਰਵੇ ਆਪਸ ਵਿੱਚ ਮਿਲ ਜੁਲ ਕੇ ਰਹਿਣ ਸਾਡੀ ਵਾਲਤਾ ਹੋਵੇ ਮੈਂ ਤਾਂ ਸਭ ਤੋਂ ਵੱਡੀ ਗੱਲ ਇਹ ਕਰਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਹਿਬਾਨ ਨੇ ਸੋਚ ਲਿਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਉਹਨਾਂ ਨੇ ਇੱਕ ਅਜਿਹਾ ਗ੍ਰੰਥ ਦੁਨੀਆ ਨੂੰ ਦਿੱਤਾ ਜਿਹੜਾ ਸਾਰਾ ਕੁਝ ਹੀ ਸਿਖਾਉਂਦਾ ਜ਼ਿੰਦਗੀ ਦਾ ਇੱਕ ਪੈਕੇਜ ਹੈ ਉਹਦੇ ਵਿੱਚ ਪੈਕੇਜ ਹੈ ਠੀਕ ਕਹਿ ਰਹੇ ਹੋ ਇਹ ਤੁਸੀਂ ਗੀਤਾ ਨੂੰ ਲਵੋ ਦਸਮ ਗ੍ਰੰਥ ਦੀ ਗੱਲ ਕਰਦੇ ਭਗਵਤ ਗੀਤਾ ਨੂੰ ਲਵੋ ਉਹਦੇ ਵਿੱਚ ਇੱਕ ਪੈਕੇਜ ਹੈ ਕ੍ਰਾਂਸ਼ਰੀਵ ਦੀ ਗੱਲ ਕਰੋ ਅਗਰ ਉਹਨਾਂ ਨੂੰ ਪੜ ਕੇ ਉਹ ਇੱਕ ਨਿਚੋੜ ਕੱਢ ਕੇ ਅਸੀਂ ਵਿਦਿਆਰਥੀਆਂ ਨੂੰ ਉਹ ਦੇਈਏ ਤੇ ਵਿਦਿਆਰਥੀਆਂ ਦਾ ਮਨ ਵੱਲ ਉੱਚਾ ਹੋਏਗਾ ਤੇ ਵਿਦਿਆ ਦਾ ਢਾਂਚਾ ਜਿਹੜਾ ਸਾਡਾ ਅਗਰ ਇਸ ਤਰ੍ਹਾਂ ਦਾ ਹੋ ਜਾਵੇ ਤੇ ਜ਼ਰੂਰੀ ਨਹੀਂ ਤੇ ਪੜ ਕੇ ਉਹ ਅਮੀਰ ਬਣੇ ਉਹ ਮਾਨਸਿਕ ਤੌਰ ਤੇ ਅਮੀਰ ਹੋਣਾ ਚਾਹੀਦਾ ਉਹ ਅਧਿਆਤਮਿਕ ਤੌਰ ਤੇ ਅਮੀਰ ਹੋਣਾ ਚਾਹੀਦਾ ਅਜੇ ਸਾਡਾ ਵੀ ਇੰਤਿਕਾ ਚਾਹੁੰਦੇ ਹੋ ਕੁਲਵੰਜੀ ਬਹੁਤ ਬਹੁਤ ਧੰਨਵਾਦ ਸਾਡੇ ਵੀ ਦਰਸ਼ਕਾਂ ਨੂੰ ਪੀਲਾ ਵੀ ਜਿਹੜਾ ਖੁਦਕੁਸ਼ੀ ਦਾ ਰਾਹ ਨਾ ਪਨਾਓ ਜੇ ਕੋਈ ਸਮੱਸਿਆ ਆਂਦੀ ਹੈ ਤਾਂ ਆਪਣੇ ਨਾਲ ਦੇ ਨਾਲ ਮਿੱਤਰਾਂ ਨਾਲ ਡਿਸਕਸ ਕਰਕੇ ਉਹਨੂੰ ਆਪਣਾ ਮੈਂਟਲ ਲੈਵਲ ਆਪਣਾ ਸਟਰੋਂਗ ਕਰੋ ਫਿਲਹਾਲ ਅੱਜ ਲਈ ਇੰਨਾ ਹੀ ਕੱਲ੍ਹ ਇਸ ਵੇਲੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਅੱਗੇ ਤੇ ਧੰਨਵਾਦ ਸਬਸਕ੍ਰਾਈਬ ਕਰੋ ਚਰਦਿਕਲਾ ਟਾਈਮ ਟੀਵੀ ਨੂੰ ਤੇ ਲੇਟਸ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ